ਵੈਸੇ ਤਾਂ ਇਸ ਗੱਲ ਨੂੰ ਸੁਣਨ ਤੇ ਯਕੀਨ ਕਰਨਾ ਔਖਾ ਹੈ ਕਿ ਝੋਨੇ ਦੀ ਰਹਿੰਦ ਖੂੰਹਦ ਤੋਂ ਰਹਾਉਣ ਬਿਜਲੀ ਬਣੇਗੀ, ਪਰ ਹੁਣ ਇਹ ਸੱਚ ਹੈ ਅਤੇ ਅਜਿਹਾ ਹੀ ਇੱਕ ਪਾਵਰ ਪਲਾਂਟ ਲੱਗਾ ਹੈ ਜੈਤੋ ਦੇ ਬਾਜ਼ਾ ਖਾਣਾ ਰੋਡ ਤੇ, ਜਿੱਥੇ ਇੰਨੀ ਦਿਨੀ ਇਲਾਕੇ ਦੇ ਕਿਸਾਨ ਆਪਣੇ ਝੋਨੇ ਦੀ ਪਰਾਲੀ 130 ਰੁਪਏ ਕੁਇੰਟਲ ਦੇ ਹਿਸਾਬ ਨਾਲ ਵੇਚ ਕੇ ਜਿੱਥੇ ਮੁਨਾਫਾ ਕਰ ਰਹੇ ਹਨ, ਉੱਥੇ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਆਪਣੀ ਜ਼ਮੀਨ ਨੂੰ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਕਾਮਯਾਬ ਹੋ ਰਹੇ ਹਨ। ਇਹ ਪੂਰਾ ਪ੍ਰੋਜੈਕਟ ਕੀ ਹੈ, ਇਸ ਦਾ ਲੋਕਾਂ ਨੂੰ ਕੀ ਫਾਇਦਾ ਹੋਵੇਗਾ, ਇਸ ਬਾਰੇ ਇਸ ਪਲਾਟ ਦੇ ਪ੍ਰੋਜੈਕਟ ਮੈਨੇਜਰ ਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਦਾ ਪਹਿਲਾ ਅਜਿਹਾ ਪ੍ਰੋਜੈਕਟ ਹੈ ਜਿੱਥੇ ਸਿਰਫ ਪਰਾਲੀ ਤੋਂ ਹੀ ਬਿਜਲੀ ਪੈਦਾ ਕੀਤੀ ਜਾਵੇਗੀ। ਇਹ ਡੈਨਾਮਾਰਕ ਦੀ ਤਕਨੀਕੀ ਤੇ ਆਧਾਰਿਤ ਹੈ। ਉਹਨਾਂ ਦੱਸਿਆ ਕਿ ਇਹ ਇਲਾਕੇ ਦੇ ਕਿਸਾਨਾਂ ਤੋਂ 130 ਰੁਪਏ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਖਰੀਦ ਰਹੇ ਹਨ। ਇਹ ਪਰਾਲੀ ਮਾਰਚ 2019 ਤੋਂ ਸ਼ੁਰੂ ਹੋ ਰਹੀ ਹੈ, ਇਸ ਪ੍ਰੋਜੈਕਟ ਲਈ ਇਕੱਠੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਨੇ ਕਰੀਬ 10,000 ਟਨ ਪਰਾਲੀ ਖਰੀਦ ਲਈ ਹੈ ਅਤੇ 1,00,000 ਟਨ ਪਰਾਲੀ ਖਰੀਦਣਾ ਉਹਨਾਂ ਦਾ ਟੀਚਾ ਹੈ। ਇਹਦਾ ਜੀ ਸਾਨੂੰ ਬਹੁਤ ਜ਼ਿਆਦਾ ਫਾਇਦਾ ਜੀ, ਇਹਦਾ ਹੁਣ 130 ਰੁਪਈਏ ਸਾਨੂੰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲਦੇ ਆ ਜੀ। ਠੀਕ ਹੈ ਜੀ, ਪਹਿਲਾਂ ਸਾਨੂੰ ਸਾੜਨੀ ਪੈਂਦੀ ਸੀਗੀ, ਫਿਰ ਉਹਦੇ ਨਾਲ ਜ਼ਮੀਨ ਦੇ ਤੱਤ ਵੀ ਖਰ ਮਰਦੇ ਸੀਗੇ ਜੀ, ਅਤੇ ਇਹਦੇ ਨਾਲ ਸਾਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ। ਨਹੀਂ ਜੀ, ਇਹਦੇ ਕੰਨੀ ਬਿਲਕੁਲ ਧਿਆਨ ਦੇਣਾ ਚਾਹੀਦਾ ਉਹਨਾਂ ਦਾ, ਅਤੇ ਇਹ ਜੇ ਪ੍ਰੋਜੈਕਟ ਸਰਕਾਰ ਨੂੰ ਲਾਉਣੇ ਚਾਹੀਦੇ ਆ ਜੀ, ਥੋੜ੍ਹੇ ਥੋੜ੍ਹੇ ਏਰੀਏ ਦੇ ਵਿੱਚ, ਜਿਵੇਂ ਮੰਨ ਲਓ ਵੀ 100 ਪਿੰਡਾਂ ਦੇ ਵਿੱਚ ਇੱਕ ਲੱਗਣਾ ਚਾਹੀਦਾ ਜੀ। ਜਦੋਂ ਇਹ ਸਾਡੀ ਜਿਹੜੀ ਫੈਕਟਰੀ ਹੈ, ਅਸੀਂ ਪਰਾਲੀ ਆਧਾਰਿਤ ਪਾਵਰ ਪਲਾਂਟ 18 ਮੈਗਾਵਾਟ ਦਾ ਸੁਖਬੀਰ ਐਗਰੋ ਐਨਰਜੀ ਵੱਲੋਂ ਜਿਹੜਾ ਲਾਇਆ ਜਾ ਰਿਹਾ, ਇਹਦੇ ਨਾਲ ਕਿਸਾਨਾਂ ਨੂੰ ਡਾਇਰੈਕਟ ਤੌਰ 'ਤੇ ਫਾਇਦਾ ਮਿਲ ਰਿਹਾ। ਕਿਸਾਨ ਡਾਇਰੈਕਟ ਸਪਲਾਈ ਕਰਕੇ ਸਾਨੂੰ ਵੇਚ ਰਹੇ ਆ ਇਹ ਪਰਾਲੀ 130 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ, ਅਤੇ ਦੂਜਾ ਇਹਦਾ ਵਾਤਾਵਰਣ ਨੂੰ ਜਿਹੜਾ ਫਾਇਦਾ ਹੋ ਰਿਹਾ ਵੀ ਕਿਸਾਨ ਅੱਗ ਤੋਂ ਬਚਾ ਰਹੇ ਹੈ, ਅੱਗ ਨਹੀਂ ਲਾ ਰਹੇ, ਹੁਣ ਸਾਨੂੰ ਵੇਚ ਰਹੇ ਆ ਪਲਾਂਟ। ਜਿਹੜਾ ਪਲਾਂਟ ਦੀ ਲਾਗਤ ਹੈ ਜੀ, 140 ਕਰੋੜ ਰੁਪਏ ਦੀ ਲਾਗਤ ਹੈ ਪਲਾਂਟ ਦੀ, ਪ੍ਰੋਜੈਕਟ ਦੀ ਕੋਸਟ ਹੈ। ਕਿੰਨਾ ਟਾਰਗੇਟ ਹੈ ਪਰਾਲੀ ਖਰੀਦਣ ਦਾ ਅਤੇ ਹੁਣ ਤੱਕ ਕਿੰਨੀ ਪਰਾਲੀ? ਅਸੀਂ ਇਸ ਟਾਈਮ 'ਤੇ 10,000 ਤੋਂ ਉੱਤੇ ਸਾਡੇ ਕੋਲ ਪਰਾਲੀ ਟਨ ਤੋਂ, 10,000 ਟਨ ਤੋਂ ਉੱਪਰ ਪਰਾਲੀ ਸਾਡੇ ਕੋਲ ਆ ਚੁੱਕੀ ਹੈ, ਅਤੇ ਇਹਦੇ ਸਾਡਾ ਟਾਰਗੇਟ 1,00,000 ਟਨ ਦਾ ਹੈਗਾ। ਵੈਸੇ ਜਦੋਂ ਸਾਡਾ ਪ੍ਰੋਜੈਕਟ ਚੱਲ ਪਏਗਾ ਉਦੋਂ ਸਾਡਾ ਇਹ ਕਪੈਸਿਟੀ 2,00,000 ਟਨ ਦੀ ਹੈ। ਕਿੰਨੀ ਪ੍ਰੋਡਕਸ਼ਨ ਵਾਲਾ ਜਿਹੜਾ ਹੈਗਾ ਜੀ, ਕਿੰਨੀ? ਇਹ 18 ਮੈਗਾਵਾਟ ਹੈ, ਮਤਲਬ 18,000 ਯੂਨਿਟਸ ਪਰ ਘੰਟੇ ਦੇ ਹਿਸਾਬ ਨਾਲ ਇਹ ਤਿਆਰ ਕਰੇਗਾ ਜੀ। ਇਹ ਜਿੰਨਾ ਸਾਡੇ ਕੋਲ ਇੱਕ ਦਿਨ ਦੀ ਜਿਹੜੀ ਸਾਡੇ ਪ੍ਰੋਜੈਕਟ ਦੀ ਖਪਤ ਹੈ, 250 ਏਕੜ ਪਰਾਲੀ ਦੀ ਇੱਕ ਦਿਨ ਦੀ ਖਪਤ ਹੈ ਸਾਡੀ। ਜੇ ਇੰਨਾ ਇਹ 300 ਦਿਨ ਜੇ ਮੰਨ ਲਓ ਅਸੀਂ ਚੱਲੀਏ ਵੀ ਪਲਾਂਟ ਸਾਡਾ ਚੱਲਦਾ ਹੈ, ਤਾਂ ਬਹੁਤ ਜ਼ਿਆਦਾ ਏਰੀਆ ਕਵਰ ਹੋਣਾ ਇਹਦੇ ਵਿੱਚ, ਇੰਨੇ ਏਰੀਏ ਦੇ ਵਿੱਚ ਸਾਡਾ ਜਿਹੜਾ ਵਾਤਾਵਰਣ ਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਮਿਲਣਾ, ਵੀ ਇੰਨੇ ਏਰੀਏ ਦੇ ਵਿੱਚ ਅੱਗ ਨਹੀਂ ਲੱਗਣੀ, ਇੰਨਾ ਏਰੀਆ ਓਪਨ ਦੇ ਵਿੱਚ ਜਿਹੜਾ ਆਪਾਂ ਜਲਾਉਂਦੇ ਹਾਂ, ਇੰਨੀਆਂ ਗੈਸਾਂ ਪੈਦਾ ਹੁੰਦੀਆਂ, ਉਸ ਤੋਂ ਸਾਨੂੰ ਫਾਇਦਾ ਮਿਲਣਾ ਇਸ ਚੀਜ਼ ਦਾ। ਹੁਣ ਵੇਖਣਾ ਇਹ ਹੋਵੇਗਾ ਇਹ ਪ੍ਰੋਜੈਕਟ ਕਿਸਾਨਾਂ ਲਈ ਕਿੰਨਾ ਕੁ ਲਾਹੇਵੰਦ ਸਾਬਿਤ ਹੁੰਦਾ ਹੈ ਅਤੇ ਕਿੰਨੇ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਅਜਿਹੇ ਪਲਾਟ ਵਿੱਚ ਵੇਚ ਕੇ ਮੁਨਾਫਾ ਕਮਾਣਗੇ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਜੀਵੇ ਪੰਜਾਬ ਟੀਵੀ।